ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੈਪੀ ਜੱਟ ਨਾਮ ਦੇ ਇੱਕ ਤਸਕਰ ਦੀ ਔਰ ਜਿਹੜਾ ਗੈਂਗਸਟਰ ਵੀ ਹੈ ਉਸਦੀ 6 ਕਰੋੜ ਤੋਂ ਵੱਧ ਪ੍ਰੋਪਰਟੀ ਸਰ ਫਰੀਜ਼ ਕੀਤੀ। ਸੈਕਿੰਡ ਕੇਸ ਆ ਸਰ ਪਿਛਲੇ ਕੁਝ ਦਿਨਾਂ ਦੇ ਵਿੱਚ, ਸਭ ਤੋਂ ਪਹਿਲਾਂ ਕੇਸ ਬਾਰੇ ਜੇ ਕੋਈ ਜਾਣਕਾਰੀ। ਜੀ, ਇਹ ਕੇਸ ਜੋ ਹੈ ਪਿਛਲੇ ਸਾਲ 9ਵੇਂ ਮਹੀਨੇ ਦਾ ਕੇਸ ਹੈ, FIR ਨੰਬਰ 101, ਜਿਹਦੇ ਤਹਿਤ 15 ਕਿਲੋ ਹੈਰੋਨ ਦੀ ਬਰਾਮਦਗੀ ਹੋਈ, ਉਸ ਤੋਂ ਬਾਅਦ 265 ਗ੍ਰਾਮ ਵੱਖਰੇ ਤੌਰ 'ਤੇ ਬਰਾਮਦਗੀ ਹੋਈ। ਇਸ ਕੇਸ ਦੇ ਵਿੱਚ 5 ਤੋਂ 6 ਐਕਿਊਜ਼ ਸੀਗੇ। ਇਸਦੇ ਵਿੱਚ ਜੋ ਮੇਨ ਐਕਿਊਜ਼ ਹੈ, ਇੱਕ ਤਾਂ ਹਰਪ੍ਰੀਤ ਸਿੰਘ ਲਵਲੀ ਪੁੱਤਰ ਸੁਖਵਿੰਦਰ ਸਿੰਘ ਸੀ, ਇੱਕ ਇਹਦੇ ਵਿੱਚ ਜੋ ਹੈ ਜੋ ਹੈਪੀ ਜੱਟ ਹਰਪ੍ਰੀਤ ਸਿੰਘ ਏਲੀਅਸ ਹੈਪੀ ਜੱਟ ਇਹ ਸੀ, ਇਹ ਜੋ ਹੈ ਨਸ਼ਾ ਤਸਕਰ ਜੋ ਹੈ ਇਸਦੀ ਪ੍ਰੋਪਰਟੀ ਨੂੰ ਆਈਡੈਂਟੀਫਾਈ ਕੀਤਾ ਗਿਆ। ਇਸ ਦੇ ਨਾਲ ਹੀ ਇਸਦੇ ਜੋ ਐਸੋਸੀਏਟਸ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਵੀ ਆਈਡੈਂਟੀਫਾਈ ਕੀਤਾ ਗਿਆ। ਅੱਜ ਦਾ ਜੋ ਇਹ ਫ੍ਰੀਜ਼ਿੰਗ ਆਰਡਰ ਸਾਡੇ ਵੱਲੋਂ ਐਗਜੀਕਿਊਟ ਹੋਇਆ, ਇਹਦੇ ਵਿੱਚ ਕਰੀਬਨ ਇਹਦੀ 6 ਕਰੋੜ ਦੇ ਅਮਾਊਂਟ ਦੀ ਜੋ ਪ੍ਰੋਪਰਟੀ ਹੈ ਉਹ ਫ੍ਰੀਜ਼ ਕੀਤੀ ਗਈ ਹੈ। ਅਤੇ ਇਹ ਜੋ ਪ੍ਰੋਪਰਟੀ ਹੈ ਇਹ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਜੋ ਹੈ ਉਹਦੇ ਵੱਲੋਂ ਇਹ ਫ੍ਰੀਜ਼ ਕਰਵਾਈ ਗਈ ਹੈ। ਸਰ ਸੋਲ ਸਾਹਿਬ, ਜਿਹੜੇ ਇਹ ਹੈਪੀ ਜੱਟ ਸੀਗਾ, ਕਿਉਂਕਿ ਕਾਫੀ ਨਾਮ ਪਿਛਲੇ ਸਮੇਂ 'ਚ ਇਹਦਾ ਆ ਰਿਹਾ ਸੀਗਾ, ਜੇ ਕੋਈ ਦੱਸੋ ਕਿੰਨੇ ਪਰਚਿਆਂ 'ਚ ਮੇਰੇ ਖਿਆਲ ਫਰਾਰ ਹੈ ਕਿ ਔਰ ਇਸ ਦੇ ਬਾਰੇ ਪਤਾ ਲੱਗਾ ਕਿੱਥੇ ਔਰ ਕਿਹੜੇ ਕਿਹੜੇ ਪਰਚੇ? ਜੀ, ਇਹਦੇ ਖਿਲਾਫ਼ ਕਰੀਬਨ 19 ਦੇ ਕਰੀਬ ਜੋ ਹੈ ਪਰਚੇ ਜਿਹੜੇ ਹੈ ਸਟੈਂਡ ਕਰਦੇ ਨੇ। ਅਤੇ ਇਹ 2020 'ਚ ਜਦੋਂ ਇਹ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਇਹ ਉਦੋਂ ਤੋਂ ਭਗਾਉਣਾ ਹੈ ਅਤੇ ਇਹ ਵਿਦੇਸ਼ ਭੱਜਿਆ ਦੱਸਿਆ ਗਿਆ। ਸਾਡੀ ਇਨਵੈਸਟੀਗੇਸ਼ਨ ਬੜੀ ਡੂੰਘਾਈ ਨਾਲ ਚੱਲ ਰਹੀ ਹੈ, ਅਸੀਂ ਹਰੇਕ ਉਹ ਐਂਗਲ ਚੈੱਕ ਕਰ ਰਹੇ ਹਾਂ ਜਿੱਥੇ ਕਿਸੇ ਦੀ ਵੀ ਸ਼ਮੂਲੀਅਤ ਹੈ, ਇਹਦੇ ਨਾਲ ਕਨਾਈਵੈਂਸ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਬਰੀਕੀ ਨਾਲ ਚੈੱਕ ਕਰ ਰਹੇ ਹਾਂ, ਉਹਦੀ ਜਾਂਚ ਜਾਰੀ ਹੈ ਜੀ। ਇਸਦੀ ਜਿਹੜੀ ਪ੍ਰੋਪਰਟੀ ਸੀਗੀ, 4 ਪ੍ਰੋਪਰਟੀਆਂ ਦਾ ਜ਼ਿਕਰ ਕੀਤਾ, ਕਿਸ ਕਿਸ ਜਗ੍ਹਾ 'ਤੇ ਪ੍ਰੋਪਰਟੀ ਸੀ? ਇਹ UP ਪੀਲੀਭੀਤ ਦੇ ਵਿੱਚ 4 ਪ੍ਰੋਪਰਟੀਜ਼ ਇਹਦੀ ਆਈਡੈਂਟੀਫਾਈ ਹੋਈਆਂ ਨੇ। ਇੱਕ ਜਗ੍ਹਾ 5 ਏਕੜ ਦੇ ਕਰੀਬ ਹੈ, ਇੱਕ ਦੂਜੀ ਜਗ੍ਹਾ 13 ਏਕੜ ਹੈ, ਇੱਕ ਜਗ੍ਹਾ ਇਹਨਾਂ ਦੀ 11 ਏਕੜ ਹੈ। ਇਸ ਤੋਂ ਇਲਾਵਾ ਚੌਥੀ ਜੋ ਪ੍ਰੋਪਰਟੀ ਹੈ ਉਹ ਇੱਕ ਲੇਡੀ ਹੈ, ਇਹਨਾਂ ਦੀ ਐਸੋਸੀਏਟ, ਉਹਦਾ ਇੱਕ ਅਕਾਊਂਟ ਹੈ, ਉਹ ਫ੍ਰੀਜ਼ ਕਰਵਾਇਆ ਗਿਆ ਜਿਹਦੇ ਵਿੱਚ ਕਰੀਬਨ 3.5 ਲੱਖ ਰੁਪਇਆ ਜੋ ਡਿਪੋਜ਼ਿਟ। ਸਰ ਇਹਨਾਂ ਨਾਲ ਕੋਈ ਕਨੈਕਸ਼ਨ ਦੱਸ ਸਕਦੇ, ਇਹਨਾਂ ਹੈਪੀ ਜੱਟ ਨਾਲ ਕੀ ਪਰਸਨਲ ਲਿੰਕ ਸੀ ਜਾਂ ਕੀ? ਦੇਖੋ ਜੀ, ਇਹ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹਨਾਂ ਦੇ ਡਿਫਰੈਂਟ ਲਿੰਕੇਜਸ ਅਤੇ ਆਪਸੀ ਜੋ ਹੈ ਇਨਕੋਆਰਡੀਨੇਸ਼ਨ, ਇਹ ਜੋ ਇਹ ਸਾਬਤ ਹੋਇਆ ਜਿਹਦੇ ਵਿੱਚ ਇਹ ਇਕੱਠੇ ਜੋ ਹੈ ਇਹ ਨਸ਼ੇ ਦੀ ਤਸਕਰੀ ਦਾ ਇਹ ਕੰਮ ਕਰਦੇ ਸੀ। ਕ੍ਰੋਸ ਬਾਰਡਰ ਵੀ ਲਿੰਕ ਸੀਗੇ ਕਿ ਨਸ਼ੇ ਤਸਕਰੀ ਦੇ ਵਿੱਚ? ਜੀ ਬਿਲਕੁਲ, ਕਈ ਚੀਜ਼ਾਂ ਸਾਡੀਆਂ ਜੋ ਇਨਵੈਸਟੀਗੇਸ਼ਨ 'ਚ ਆਈਆਂ ਨੇ ਉਹ ਸਾਰੀਆਂ ਦੇ ਸਾਰੀਆਂ ਜੋ ਹੈ ਕ੍ਰੋਸ ਬਾਰਡਰ ਦੇ ਵੱਲ ਵੀ ਇਸ਼ਾਰਾ ਕਰਦੀਆਂ ਨੇ। ਸੋ ਸਰ, ਮੈਂ ਫਿਰ ਤੁਹਾਨੂੰ ਇੱਕ ਸਵਾਲ ਰਿਪੀਟ ਕਰਦਾ ਕਿ ਅਗਲੇ ਦਿਨਾਂ ਇਹ 2 ਕੇਸ ਹੋਏ ਇੱਕ ਹਫ਼ਤੇ ਦੇ ਵਿੱਚ, ਅਗਲੇ ਦਿਨਾਂ 'ਚ ਹੋਰ ਵੀ ਪ੍ਰੋਪਰਟੀਜ਼ ਵੱਲ ਤੁਹਾਡੀ ਨਜ਼ਰ, ਜਿਹੜੇ ਨਸ਼ਾ ਤਸਕਰ ਨੇ ਲੰਬੇ ਸਮੇਂ ਤੋਂ ਜੇਲ੍ਹ 'ਚ ਨੇ, ਹੈਵੀ ਰਿਕਵਰੀ ਹੋਈਆਂ ਨੇ, ਜਿੱਦਾਂ ਜਨਾਲੇ ਦੇ ਵਿੱਚ ਇੱਕ ਵੱਡੀ ਰਿਕਵਰੀ? ਜੀ ਬਿਲਕੁਲ ਜੀ, ਅੱਗੇ ਤੁਸੀਂ ਦੇਖੋਗੇ ਅਗਲੇ ਆਉਣ ਵਾਲੇ ਦਿਨਾਂ 'ਚ ਵੀ ਸਾਡੇ ਵੱਲੋਂ ਜੋ ਹੈ ਵੱਡੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਪਹਿਲਾਂ ਵੀ ਆਈਡੈਂਟੀਫਾਈ ਕਰਵਾਈਆਂ ਗਈਆਂ ਨੇ ਅਤੇ ਇਹ ਪ੍ਰੋਸੈਸ ਚੱਲ ਰਿਹਾ ਹੈ। ਇਹ ਪ੍ਰੋਸੈਸ ਔਨਗੋਇੰਗ ਪ੍ਰੋਸੈਸ ਹੈ, ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਫੀ ਜਿਹੜੇ ਹੈ ਫ੍ਰੀਜ਼ਿੰਗ ਆਰਡਰ ਜਿਹੜੇ ਹੈ ਸਾਨੂੰ ਮਿਲਣਗੇ ਅਤੇ ਅਸੀਂ ਉਹਨਾਂ ਨੂੰ ਐਗਜੀਕਿਊਟ ਕਰਾਵਾਂਗੇ। ਕੰਪੀਟੈਂਟ ਅਥਾਰਟੀ ਨਾਲ ਰੈਗੂਲਰ ਫਿਰ ਹੁਣ ਜਿਵੇਂ ਤੁਹਾਡਾ ਰੈਗੂਲਰ ਸੰਪਰਕ ਬਣਿਆ ਹੋਇਆ? ਜੀ ਬਿਲਕੁਲ ਜੀ, ਡਿਪਾਰਟਮੈਂਟ ਆਫ ਫਾਈਨੈਂਸ, ਮਿਨਿਸਟਰੀ ਆਫ ਫਾਈਨੈਂਸ ਅਤੇ ਡਿਪਾਰਟਮੈਂਟ ਆਫ ਰੈਵਨਿਊ ਦੇ ਵਿੱਚ ਜੋ ਅਧਿਕਾਰੀ ਬੈਠਦੇ ਨੇ ਸਾਡੇ, ਉਹ ਟੱਚ ਵਿੱਚ ਹੁੰਦੇ ਨੇ, ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਉਹ ਸਾਡੀ ਗੱਲ ਸੁਣਦੇ ਨੇ ਅਤੇ ਕੋਈ ਵੀ ਇਸ ਤਰੀਕੇ ਦੀ ਜੋ ਗੱਲ ਹੁੰਦੀ ਹੈ ਅਸੀਂ ਇਹਨਾਂ ਆਰਡਰਸ ਨੂੰ ਜੋ ਹੈ ਜਲਦੀ ਤੋਂ ਜਲਦੀ ਜਿਹੜੇ ਪ੍ਰਾਪਤ ਕਰਨ ਦੇ ਲਈ ਉਹਨਾਂ ਨਾਲ ਪੂਰਾ ਰਾਬਤਾ ਰੱਖਦੇ ਹਾਂ। ਹੁਣ ਇਹ ਮੈਸੇਜ ਸਪਸ਼ਟ ਚਲਾ ਗਿਆ ਕਿ ਜਿਸ ਕੋ ਹੈਰਨ ਫੜੇ ਗਈ ਜਾਂ ਕੋਈ ਤਸਕਰ ਫੜਿਆ ਗਿਆ ਤਾਂ ਨਾਲ ਹੀ ਇਹ ਵੀ ਕੰਮ ਨਾਲ ਹੀ ਸ਼ੁਰੂ? ਬਿਲਕੁਲ ਜੀ ਬਿਲਕੁਲ, NDPS ਦੇ
ਐਕਟ ਦੇ 68F ਦੇ ਤਹਿਤ ਜੋ ਪ੍ਰੋਪਰਟੀ ਫਰੀਜ਼ਿੰਗ ਦਾ ਇਹ ਪ੍ਰੋਵੀਜ਼ਨ ਹੈ ਇਹਨੂੰ ਬਾਖੂਬੀ ਤੌਰ 'ਤੇ ਪੰਜਾਬ ਪੁਲਿਸ ਜੋ ਹੈ ਯੂਜ਼ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਇਹ ਚੇਤਾਵਨੀ ਹੈ ਕਿ ਜੋ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰੋਪਰਟੀ ਜੋ ਹੈ ਉਹ ਓਬਟੇਨ ਕੀਤੀ ਹੈ, ਬਣਾਈ ਹੈ, ਉਹਦੇ ਖਿਲਾਫ ਸਖ਼ਤ ਸਖ਼ਤ ਜਿਹੜਾ ਹੈ ਇਸ ਧਾਰਾ ਦੇ ਅਧੀਨ ਐਕਸ਼ਨ ਲੈਣਾ ਹੈ। ਥੈਂਕ ਯੂ ਸਰ। ਰੂਰਲ ਪੁਲਿਸ ਦੇ SSP ਸਦਾਚਰਨਜੀਤ ਸਿੰਘ ਸੋਲ ਤਾਂ ਵੱਡੀ ਕਾਰਵਾਈ ਕੀਤੀ ਹੈ ਹੈਪੀ ਜੱਟ, ਕਿਉਂਕਿ ਉਹਨਾਂ ਦੀ ਜੋ ਪ੍ਰੋਪਰਟੀ ਸੀ, ਨਸ਼ਾ ਤਸਕਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਔਰ ਗੈਂਗਸਟਰ ਵੀ ਨੇ, ਔਰ 19 ਦੇ ਕਰੀਬ ਪਰਚੇ ਨੇ ਉਹਨਾਂ ਦੇ ਖਿਲਾਫ਼। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6,28,00,000 ਰੁਪਏ ਦੀ ਉਹਨਾਂ ਦੀ ਪ੍ਰੋਪਰਟੀ ਫਰੀਜ਼ ਕੀਤੀ। ਦੂਸਰਾ ਕੇਸ ਹੈ ਪਿਛਲੇ ਦਿਨਾਂ ਦੇ ਵਿੱਚ ਦੋ ਗਏ ਜਿਹੜੇ ਸਮਗਲਰ ਸੀ ਟਰੱਕ NTPS ਦੇ ਵਿੱਚ, 37 ਕਰੋੜ ਦੀ ਪ੍ਰੋਪਰਟੀ ਉਹਨਾਂ ਦੀ ਵੀ ਫਰੀਜ਼ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਸੀ। ਕੈਮਰਾ ਪਰਸਨ ਮੁਕੇਸ਼ ਬਾਬ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।